ਸੁਖ ਬਣਿਆ ਕਿਛ ਜੋਗ ਪ੍ਰਾਪਤ ਗਨਿਆ ਰਹਾਉ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂਹ ਦੇ ਲੀਏ ਦਰਵਾਜੇ ਬਾਜੀਅਲੇ ਅਨਹਦ ਬਾਜੇ ਕੁੰਬ ਕਮਲ ਜਲ ਭਰਿਆ ਜਲ ਮਿਟਿਆ ਊਭਾ ਕਰਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਤ ਕਬੀਰ ਜੀ ਸਾਡੇ ਵਾਂਗੂ ਮਨੁੱਖੀ ਜਾਮੇ ਵਿੱਚ ਆ ਕੇ ਉਹਨਾਂ ਨੇ ਪਰਮਾਤਮਾ ਦਾ ਸਿਮਰਨ ਕਰਕੇ ਗੁਰਮੁਖਾਂ ਦੀ ਸੰਗਤ ਕਰਕੇ ਜੋ ਕੁਝ ਪ੍ਰਾਪਤੀ ਕੀਤੀ ਹੈ ਉਸ ਦੀ ਸਾਡੇ ਨਾਲ ਸਾਂਝ ਪਾਉਂਦੇ ਕਿਉਂਕਿ ਮੁਸ਼ਕਲਾਂ ਤੇ ਲਗਭਗ ਇੱਕੋ ਜਿਹੀਆਂ ਹੁੰਦੀਆਂ ਹਨ ਮਨੁੱਖੀ ਜੀਵਨ ਵਿੱਚ ਮੈਨੂੰ ਤੁਹਾਨੂੰ ਭਗਤ ਕਬੀਰ ਜੀ ਨੂੰ ਇਹ ਮੁਸ਼ਕਲਾਂ ਤੇ ਆਉਂਦੀਆਂ ਭਗਤ ਕਬੀਰ ਜੀ ਕਹਿੰਦੇ ਨੇ ਮੈਂ ਵੀ ਇਹਨਾਂ ਮੁਸ਼ਕਲਾਂ ਨਾਲ ਜੂਝਿਆ ਹਾਂ ਮੈਨੂੰ ਵੀ ਇਹਨਾਂ ਦਾ ਬੜਾ ਤਲਖ ਤਜਰਬਾ ਹੋਇਆ ਪਰ ਜਦੋਂ ਤੋਂ ਮੈਂ ਗੁਰੂ ਦੀ ਸ਼ਰਨ ਲਈ ਹੈ ਗੁਰੂ ਨੇ ਕਿਰਪਾ ਕੀਤੀ ਗੁਰੂ ਨੇ ਮੈਨੂੰ ਉਹ ਸਾਰੀਆਂ ਗੱਲਾਂ ਸਮਝਾ ਦਿੱਤੀਆਂ ਔਰ ਗੁਰੂ ਦੀ ਡਿਊਟੀ ਇਹੋ ਹੈ ਗੁਰਬਾਣੀ ਨੂੰ ਸਿਰਫ ਮੱਥਾ ਟੇਕਣ ਨਾਲ ਗੱਲ ਨਹੀਂ ਬਣਦੀ ਗੁਰਬਾਣੀ ਦਾ ਸਿਰਫ ਪਾਠ ਕਰਨ ਨਾਲ ਵੀ ਗੱਲ ਨਹੀਂ ਪਾਈ ਗੁਰਬਾਣੀ ਦੀ ਵਿਚਾਰ ਕਰਨ ਨਾਲ ਸਾਨੂੰ ਇਹਨਾਂ ਗੋਜ ਗੱਲਾਂ ਦੀ ਸਮਝ ਆ ਜਾਏਗੀ ਭਗਤ ਜੀ ਕਹਿੰਦੇ ਨੇ ਪਹਿਲਾਂ ਮੇਰੀ ਵੀ ਹਾਲਤ ਕੁਝ ਹੋਰ ਸੀ ਪਰ ਹੁਣ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਅੰਦਰ ਕੁਝ ਟਿਕਾਉ ਆਇਆ ਹੈ ਮੇਰੇ ਮਨ ਦੀ ਭਟਕਣਾ ਕੁਝ ਘਟੀ ਸੰਤੋ ਮਨ ਬੰਨੇ ਸੁਖ ਬਣਿਆ ਏ ਸੰਤ ਜਨੋ ਏ ਸਤ ਸੰਗਿਓ ਏ ਪਿਆਰਿਓ ਯਾਦ ਰੱਖੋ ਕਈ ਵਾਰੀ ਕਈ ਪ੍ਰੇਮੀ ਪੁੱਛਦੇ ਨੇ ਇਹਦੀ ਹਾਏ ਨੂੰ ਔਂਕੜ ਕਿਵੇਂ ਬੋਲਣਾ ਦੇਖੋ ਇੱਥੇ ਸੰਬੋਧਨ ਹੈ ਇੱਥੇ ਹਾਏ ਨੂੰ ਔਂਕੜ ਬੋਲਣਾ ਜਦੋਂ ਊੜੇ ਨੂੰ ਔਂਕੜ ਆਵੇ ਤੇ ਉਹ ਫਸਟ ਪਰਸਨ ਵਾਸਤੇ ਹੈ ਔਰ ਜਦੋਂ ਹਾਏ ਨੂੰ ਔਂਕੜ ਆਵੇ ਉਹ ਸੈਕੰਡ ਪਰਸਨ ਇੱਕ ਤਾਂ ਇਹ ਨਿਯਮ ਸਮਝਣਾ ਪਵੇ ਜਿਵੇਂ ਅਸੀਂ ਸੋਇਲੇ ਦੀ ਬਾਣੀ ਵਿੱਚ ਰੋਜ਼ ਪੜ੍ਹਦੇ ਹਾਂ ਕਰਉ ਬੇਨੰਤੀ ਸੁਨੋ ਮੇਰੇ ਮੀਤਾ ਜਿਹੜੇ ਨਹੀਂ ਧਿਆਨ ਦਿੰਦੇ ਉਹ ਕਰਉ ਨੂੰ ਕਰੂ ਪਰਦੇ ਨੇ ਅਰ ਸੰਤੋ ਨੂੰ ਸੰਤੋ ਪਰਦੇ ਸੁਨੋ ਨੂੰ ਸੁਨੋ ਪਰਦੇ ਨਹੀਂ ਉੱਥੇ ਗੁਰੂ ਅਰਜੁਨ ਦੇ ਪਾਤਸ਼ਾਹ ਫਰਮਾਉਂਦੇ ਨੇ ਕਰਉ ਬੇਨੰਤੀ ਮੈਂ ਬੇਨਤੀ ਕਰਦਾ ਹਾਂ ਊੜੇ ਨੂੰ ਔਂਕੜ ਹੈ ਤੇ ਸੁਨੋ ਮੇਰੇ ਮੀਤਾ ਉੱਥੇ ਸੰਬੋਧਨ ਹੈ ਸੈਕੰਡ ਪਰਸਨ ਇਸੇ ਤਰ੍ਹਾਂ ਇੱਥੇ ਭਗਤ ਜੀ ਸੰਤੋ ਮਨ ਪਵਨੇ ਸੁਖ ਬਨਿਆ ਮੇਰਾ ਉਹ ਮਨ ਜਿਹੜਾ ਹਵਾ ਦੀ ਤਰ੍ਹਾਂ ਚੰਚਲ ਐਉਂ ਸਮਝ ਲਓ ਹਵਾ ਨਾਲੋਂ ਵੀ ਤੇਜ਼ ਦੌੜਦਾ ਹਵਾ ਦੀ ਸਪੀਡ ਕਈ ਲੋਕਾਂ ਨੇ ਗਿਣਮਣ ਲਈ ਵੀ ਐਨੇ ਰਫ਼ਤਾਰ ਨਾਲ ਚੱਲ ਰਹੀ ਹੈ ਪਰ ਮੰਦੀ ਰਫ਼ਤਾਰ ਕਦੇ ਕਿਸੇ ਨੇ ਅੱਜ ਤੱਕ ਮਣੀ ਨਹੀਂ ਹੈ ਇਹਦੀ ਹਾਲਤ ਤਾਂ ਇਹ ਹੈ ਕਿ ਕਬ ਹੂੰ ਜਿਹੜਾ ਉਬ ਚੜਤ ਹੈ ਕਬ ਹੂੰ ਜਾਏ ਪਿਆਲੇ ਲੋਬੀ ਜਿਹੜਾ ਥਿਰਨ ਰਹਤਾ ਹੈ ਚਾਰੇ ਗੁੰਡਾ ਪਾਲੇ ਇਹ ਤਾਂ ਹਵਾ ਨਾਲੋਂ ਵੀ ਚੰਚਲ ਹੈ ਪਰ ਭਗਤ ਜੀ ਕਹਿੰਦੇ ਨੇ ਹੁਣ ਮੇਰੇ ਤੇ ਕਿਰਪਾ ਹੋ ਗਈ ਸੰਤੋ ਮਨ ਪਮਨੇ ਸੁਖ ਬਣਿਆ ਇਹ ਜਿਹੜਾ ਹਵਾ ਨਾਲੋਂ ਚੰਚਲ ਮਨ ਸੀ ਨਾ ਜਿਸ ਦਿਨ ਦਾ ਇਹ ਮਨ ਟਿਕੇ ਹੁਣ ਮੈਨੂੰ ਸੁਖ ਦੀ ਪ੍ਰਾਪਤੀ ਹੋਈ ਸਾਰੀ ਬਾਣੀ ਇਹੋ ਹੀ ਸਮਝਾ ਰਹੀ ਇਹ ਮਨ ਚੰਚਲਾ ਕਿਤੁ ਰਾਈ ਕਿਨੇ ਨ ਪਾਇਆ ਕਿਤੁ ਰਾਈ ਨ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਪਰਮ ਭੁਲਾਇਆ ਮਾਇਆ ਤਾ ਮੂਣੀ ਤਨੇ ਕੀਤੀ ਜਿੰਨ ਠਕੋਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਭਗਤੀ ਦੇ ਉਚਾਰਨ ਕੀਤੇ ਹੋਏ ਹੋਰ ਸ਼ਬਦਾਂ ਦੀ ਵਿਚਾਰ ਕਰੀਏ ਹੋਰ ਗੱਲ ਖੁੱਲ ਜਾਏ ਭਗਤ ਜੀ ਕਹਿੰਦੇ ਨਹੀਂ ਇੱਕ ਕੋਟ ਪੰਜ ਸਿਕਦਾਰ ਪੰਜੇ ਮੰਗੇ ਹਾਲਾ ਜ਼ਮੀਨ ਨਹੀਂ ਮੈਂ ਕਿਸੇ ਦੀ ਬੋਈ ਐਸਾ ਦਿਨ ਦੁਖ ਹਾਲਾ ਦੇਖੋ ਗੁਰਬਾਣੀ ਵਿੱਚ ਕੋਟ ਅੱਖਰ ਜਨ ਰੂਪਾਂ ਵਿੱਚ ਆਉਂਦਾ ਇੱਕ ਕੋਟ ਟੈਂਕੇ ਨੂੰ 시ਆਰੀ ਨਾਲ ਜਿਹਦਾ ਅਰਥ ਹੈ ਕਰੋੜ ਇੱਕ ਕੋਟ ਟੈਂਕੇ ਨੂੰ ਔਂਕਰ ਨਾਲ ਜਿਸ ਦਾ ਅਰਥ ਹੈ ਕਿਲਾ ਤੇ ਜੇ ਕੋਟ ਦੇ ਟੈਂਕੇ ਦਾ ਔਂਕਰ हट ਜਾਏ ਫਿਰ ਬਹੁਤੇ ਕੇਲੇ ਭਗਤ ਜੀ ਕਹਿੰਦੇ ਨੇ ਆਓ ਮੈਂ ਤੁਹਾਨੂੰ ਸਮਝਾਵਾਂ ਮੈਂ ਵੀ ਇਹਨਾਂ ਮੁਸ਼ਕਲਾਂ ਵਿੱਚੋਂ ਲੰਘਿਆ ਇੱਕ ਕੋਟ ਇਹ ਮੇਰਾ ਸਰੀਰ ਇੱਕ ਕਿਲਾ ਪੰਚ ਸਿਕਦਾਰਾ ਇਹਦੇ ਵਿੱਚ ਪੰਜ ਚੌਧਰੀ ਸਰਦਾਰ ਹਨ ਕਾਮ ਕ੍ਰੋਧ ਲੋਭੋ ਅੰਕਾਰ ਪੰਚੇ ਮੰਗੈ ਹਾਲਾ ਇਹ ਪੰਜੇ ਹੀ ਮੇਰੇ ਕੋਲੋਂ ਮਾਮਲਾ ਮੰਗਦੇ ਹਨ ਜ਼ਮੀਨ ਨਹੀਂ ਮੈਂ ਕਿਸੇ ਦੀ ਬੋਈ ਐਸਾ ਦੇਨ ਦੁਖਾਲਾ ਮੈਂ ਕਿਸੇ ਦੀ ਜ਼ਮੀਨ ਬੀਜੀ ਨਹੀਂ ਤੇ ਬੀਜੇ ਤੋਂ ਬਿਨਾ ਮਾਮਲਾ ਦੇਣਾ ਬੜਾ ਔਖਾ ਹੈ ਪਰ ਮੈਨੂੰ ਤੰਗ ਬੜਾ ਕਰ ਦੇ। ਇੱਕ ਕੋਟ ਪੰਜ ਸਿੱਖਦਾਰਾਂ ਪੰਚੇ ਮੰਗੇ ਹੱਲਾ ਜਮੀਨਾਂ ਹੀ ਮੈਂ ਕਿਸੇ ਦੀ ਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਗਾ ਮੋ ਕੋ ਨੀਤ ਦਸੈ ਪਟਵਾਰੀ ਦੇਖੋ ਬੜੀ ਢੂੰਗੀ ਗੱਲ ਹੈ ਹਰੀ ਕੇ ਲੋਕ ਕੌਣ ਹਨ ਸੰਤ ਜਨ ਗੁਰੂ ਜਨ ਮਹਾਪੁਰਸ਼ ਪਵਿੱਤਰ ਆਤਮਾ ਹਰ ਕੇ ਲੋਗਾ ਮੋ ਕੋ ਨੀਤ ਦਸੈ ਪਟਵਾਰੀ ਥੋੜੇ ਦਿਨ ਹੋਏ ਮੇਰੇ ਕੋਲ ਸ਼ੁਕਰਿਤ ਟਸਟ ਵੱਲੋਂ ਕੁਝ ਪੁਸਤਕਾਂ ਆਈਆਂ ਉਹਦੇ ਚ ਇੱਕ ਪੁਸਤਕ ਸੀ ਜਿਹਦੇ ਤੇ ਲਿਖਿਆ ਸੀ ਕਰੋਗੇ ਗੱਲ ਮਿਲੇਗਾ ਹੱਲ ਜੇ ਤੁਹਾਨੂੰ ਕੋਈ ਤਕਲੀਫ ਹੋਵੇ ਤੁਸੀਂ ਕਿਸੇ ਨਾਲ ਗੱਲ ਕਰੋਗੇ ਕੋਈ ਨਾ ਕੋਈ ਹੱਲ ਕੋਈ ਨਾ ਕੋਈ ਰਸਤਾ ਲੱਭ ਜਾਏ ਕਹਿੰਦੇ ਇਸੇ ਤਰ੍ਹਾਂ ਮੈਂ ਆਪਣੀ ਪਰੇਸ਼ਾਨੀ ਰੱਬ ਦੇ ਪਿਆਰਿਆਂ ਨਾਲ ਸਾਂਝੀ ਕੀਤੀ ਹਰ ਕੋ ਲੋਗਾ ਮੋਕੋ ਨੀਤ ਢਸੈ ਪਟਵਾਰੀ ਉੱਪਰ ਭੁਜਾ ਕਰ ਮੈਂ ਗੁਰ ਪੈ ਪੁਕਾਰਿਆ ਤਿੰਨ ਹੋ ੜਿਆ ਉਬਾਰੀ ਪੁਰਾਣਾ ਤਰੀਕਾ ਸੀ ਜਦੋਂ ਫਰਿਆਦ ਕਰਨੀ ਹੁੰਦੀ ਹੈ ਰਾਜੇ ਦੇ ਦਰਬਾਰ ਵਿੱਚ ਫਰਿਆਦੀ ਬਾਹਾਂ ਉੱਚੀਆਂ ਖੜੀਆਂ ਕਰਕੇ ਫਰਿਆਦ ਕਰਦਾ ਰਾਜੇ ਨੂੰ ਪਤਾ ਲੱਗ ਜਾਂਦਾ ਇਹ ਫਰਿਆਦੀ ਕਹਿੰਦੇ ਮੈਂ ਵੀ ਉੱਪਰ ਬਾਹਾਂ ਖੜੀਆਂ ਕਰਕੇ ਪੁਕਾਰ ਕੀਤੀ ਗੁਰੂ ਅਕੀਰਦਾਸ ਕੀਤੀ ਤੇ ਗੁਰੂ ਨੇ ਮੇਰੀ ਬਾਹ ਫੜ ਲਈ ਆਖਿਆ ਦੱਸ ਕੀ ਤਕਲੀਫ ਹੈ ਮੈਂ ਕਿਹਾ ਮਹਾਰਾਜ ਇੱਕ ਕੋਟ ਪੰਚ ਸਿਕਦਾਰਾ ਪੰਚੇ ਮੰਗੇ ਹਾਲਾ ਜ਼ਮੀਨਾਂ ਹੀ ਮੈਂ ਕਿਸੇ ਦੀ ਬੋਈ ਐਸਾ ਦੇਨ ਦੁਖਾਲਾ ਹਰ ਕੇ ਲੋਗਾ ਮੋਕੋ ਨੀਤ ਢਸੈ ਪਟਵਾਰੀ ਉਪਰ ਭੁਜਾ ਕਰ ਮੈਂ ਗੁਰ ਪਹਿ ਪੁਕਾਰਿਆ ਤਿੰਨ ਹਉ ਲੀਆ ਉਬਾਰੀ ਨੌ ਡਾਂਡੀ ਦਸ ਮੁਨਸਿਬ ਧਾਵੇਂ ਰਇਤ ਬਸਨ ਨ ਦੇਹੀ ਡੋਰੀ ਪੂਰੀ ਮਾ ਪਹਿ ਨਹੀਂ ਬਹੁ ਵਿਸਟਾ ਲਾਣੀ 72 ਘਰ ਇੱਕ ਬੁਰਖ ਸਮਾਇਆ ਉਨਦੀਆਂ ਨਾਮ ਲਖਾਈ ਗੁਰੂ ਨੇ ਆਖਿਆ ਤੇਰੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਪਰਮਾਤਮਾ ਦੀ ਸ਼ਰਨ ਵਿੱਚ ਜਾਇਆ ਹੋ ਜਾਏ ਉਹ ਰੰਦਰ ਕਿਥੇ ਉਹ ਤੇਰੇ ਅੰਦਰ ਹੀ ਰਹਿੰਦਾ ਹੈ ਸਰੀਰ ਦੇ ਅੰਦਰ 72 ਕੋਠੜੀਆਂ ਹਨ ਉਹਨਾਂ ਵਿੱਚ ਹਿਰਦਾ ਹੈ ਤੇ ਹਿਰਦੇ ਵਿੱਚ ਪਰਮਾਤਮਾ ਦੀ ਜੋਤ ਹੈ 72 ਘਰ ਇੱਕ ਪੁਰਖ ਸਮਾਇਆ ਉਹਨ ਦੀਆਂ ਨਾਮ ਲਖਾਈ ਗੁਰੂ ਨੇ ਉਸ ਦਾ ਨਾਮ ਮੈਨੂੰ ਜਣਾ ਦਿੱਤਾ ਬਸ ਜਦੋਂ ਮੈਂ ਉਹਦੇ ਨਾਲ ਆਪਣਾ ਸੰਬੰਧ ਜੋੜਿਆ ਉਹਦੇ ਅੱਗੇ ਬੇਨਤੀ ਕੀਤੀ ਉਹਨੇ ਕਿਹਾ ਲਿਆਓ ਭਈ ਇਹਦੀ ਫਾਈਲ ਜਦੋਂ ਫਾਈਲ ਆਈ 72 ਘਰ ਇੱਕ ਪੁਰਖ ਸਮਾਇਆ ਉਹਨ ਦੀਆਂ ਨਾਮ ਲਖਾਈ ਧਰਮ ਰਾਇ ਕਾ ਦਫਤਰ ਸੋਧਿਆ ਬਾਕੀ ਰਿਜ਼ਮ ਨਾ ਕਾਈ ਮੇਰੇ ਵੱਲ ਕੁਝ ਵੀ ਨਹੀਂ ਸੀ ਭਗਤ ਜੀ ਕਹਿੰਦੇ ਨੇ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਏਕੋ ਕੋ ਕਬੀਰ ਮੈਂ ਸੋ ਘੁਰ ਪਾਇਆ ਜਾ ਕੋ ਨਾਉ ਬਬੇ ਕੋ ਇਸੇ ਤਰ੍ਹਾਂ ਦੇ ਕਈ ਸ਼ਬਦ ਬਾਣੀ ਵਿੱਚ ਮਿਲਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸ ਉਹ ਆਪਣੀ ਲੈ ਹੈ ਇਹ ਸਾਡਾ ਸਰੀਰ ਘਰ ਹੈ ਇਸ ਘਰ ਦੇ ਅੰਦਰ ਜੇ ਤੇ ਕੋਈ ਜਾਗਦਰ ਰਹੇ ਫਿਰ ਤੇ ਇਹਦੀ ਕੋਈ ਚੀਜ਼ ਲੁੱਟੀ ਨਹੀਂ ਜਾ ਸਕਦੀ ਪਰ ਜਿਹੜੇ ਬਹਿਰੇਦਾਰ ਸਨ ਉਹ ਹੀ ਸੌਂਗੇ ਉਹ ਕਿਵੇਂ ਸੌਂਗੇ ਨੈਣੋਂ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼ਰਮਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਥ ਮਨ ਸੋਇਆ ਮਾਇਆ ਬਿਸਮਾਤ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਸਤ ਉਹ ਆਪਣੀ ਦੇ ਸਗਲ ਸਹੇਲੀ ਆਪਣੇ ਰਸ ਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ ਮੁਸਨਹਾਰ ਪੰਜ ਬਟਵਾਰੇ ਸੂਨੇ ਨਗਰ ਪਰੇ ਠਗ ਹਾਰੇ ਭਗਤ ਜੀ ਕਹਿੰਦੇ ਨੇ ਹੁਣ ਮੈਨੂੰ ਕੁਝ ਪ੍ਰਾਪਤੀ ਹੋਈ ਸੰਤੋ ਮਨ ਪਵਨ ਸੁਖ ਬਣਿਆ ਇਹ ਜਿਹੜਾ ਮੇਰਾ ਮਨ ਹਵਾ ਦੀ ਤਰ੍ਹਾਂ ਚੰਚਲ ਸੀ ਇਹ ਹੁਣ ਕੁਝ ਟਿਕਿਆ ਔਰ ਇਸੇ ਟਿਕਣ ਦੇ ਨਾਲ ਮੈਨੂੰ ਸੁਖ ਬਣ ਗਿਆ ਕਿਛ ਜੋਗ ਪ੍ਰਾਪਤ ਗਨਿਆ ਇਹ ਜਿਹੜਾ ਜੋਗ ਅੱਖਰ ਹੈ ਕੁਝ ਲੋਕਾਂ ਨੇ ਇਹਨੂੰ ਜੋਗ ਸਾਧਨਾ ਨਾਲ ਜੋੜ ਲਿਆ ਇੱਥੇ ਜੋਗ ਦਾ ਅਰਥ ਹੈ ਜੁੜਨਾ ਜਦੋਂ ਮਨ ਜੁੜੇਗਾ ਜਦੋਂ ਮਨ ਟਿਕੇਗਾ ਉਦੋਂ ਹੀ ਇਹਨੂੰ ਸੁੱਖ ਆਏ ਜਦੋਂ ਤੀਕਰੇ ਮਨ ਭਟਕਦਾ ਰਹੇਗਾ ਇਹਨੂੰ ਕਦੇ ਸੁੱਖ ਨਹੀਂ ਆਸੂ ਬਾਦਸ਼ਾਹ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਅੱਖਿਆ ਗਲਨੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਈਐ ਸੋਈ ਜੋਗ ਨ ਖਿੰਤਾ ਜੋਗ ਨ ਡੰਡੈ ਜੋਗ ਨ ਭਸਮ ਚੜਾਈਐ ਜੋਗ ਨੁੰਦੀ ਮੂੜਮੁੰਡਾਇ ਜੋਗ ਨ ਸਿੰਗੀ ਬਾਈਐ ਅੰਜਨਮਾਏ ਨਿਰੰਜਨ ਰਈਐ ਜੋਗ ਜੁਗਤ ਏਬ ਪਾਈਐ ਸੰਤੋ ਮਨ ਪਵਨੈ ਸੁਖ ਬਨਿਆ ਕਿਛ ਜੋਗ ਪ੍ਰਾਪਤ ਗਨਿਆ ਗਨਿਆ ਹੁਣ ਮੈਂ ਸਮਝਿਆ ਹੁਣ ਮੈਨੂੰ ਕਿਛ ਜੋਗ ਜੁੜਨ ਦੀ ਜਾਚ ਆਈ ਹੁਣ ਮੈਂ ਪਰਮਾਤਮਾ ਨਾਲ ਆਪਣੇ ਆਪ ਨੂੰ ਜੋੜਿਆ ਤੇ ਉਸ ਜੋੜਨ ਦੇ ਨਾਲ ਮੈਨੂੰ ਕੁਝ ਸੁਖ ਦੀ ਪ੍ਰਾਪਤੀ ਹੋਈ ਗਦੋਤੀ ਕਰਸੀ ਪਟਕਦੇ ਰਹਾਂਗੇ ਮਹਾਰਾਜ ਤੇ ਬਾਰ ਬਾਰ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਸੰਤੋ ਮਨ ਪਮਨੇ ਸੁਖ ਬਣਿਆ ਕਿਛ ਜੋਗ ਬਰਾਪਤ ਘਨਿਆ ਰਹਾਉ ਗੁਰ ਦਿਖਲਾਈ ਮੋਰੀ ਗੁਰਦੇ ਰਾਹੇ ਨੂੰ ਸਿਆਰੀ ਗੁਰੂ ਨੇ ਦਿਖਲਾਈ ਮੋਰੀ ਹੁਣ ਦੇਖੋ ਗੁਰਬਾਣੀ ਵਿੱਚ ਮੋਰੀ ਅੱਖਰ ਮੇਰੀ ਵਾਸਤੇ ਵੀ ਆਉਂਦਾ ਮੋਰੀ ਅੱਖਰ ਮੋਰਾਂ ਵਾਸਤੇ ਵੀ ਆਉਂਦਾ ਤੇ ਮੋਰੀ ਉਸ ਖੱਪੇ ਨੂੰ ਉਸ ਵੀਕਨੈਸ ਨੂੰ ਉਸ ਰਸਤੇ ਨੂੰ ਵੀ ਕਹਿੰਦੇ ਨੇ ਮੈਂ ਤੇ ਇਸ ਨੂੰ ਹੋਰ ਸਰਲ ਕਰਕੇ ਸਮਝਣ ਦਾ ਯਤਨ ਕਰਾਂ ਯੇ ਮੈਂ ਕਿਹ ਸੇ ਜ਼ਿੰਮੇਦਾਰ ਨਹੀਂ ਆਪਣੀ ਫਸਲ ਨੂੰ ਬਚਾਉਣ ਵਾਸਤੇ ਖੇਤ ਦੇ ਦੁਆਲੇ ਵਾਰ ਲਾਈ ਹੋਵੇ ਕਾਦ ਵੀ ਲਾਈਏ ਕਿ ਮੇਰੀ ਫਸਲ ਬਚ ਜਾਏ ਜੇ ਸਵੇਰੇ ਆ ਕੇ ਵੇਖੇ ਫਿਰ ਫਸਲ ਉਜੜੀ ਹੋਈ ਹੈ ਫਿਰ ਉਹ ਕੀ ਕਰੇਗਾ ਫਿਰ ਉਹ ਆਪਣੇ ਖੇਤ ਦੇ ਆਲੇ ਦੁਆਲੇ ਘੁੰਮੇਗਾ ਫਿਰ ਉਹ ਆਪਣੀ ਵਾਰ ਨੂੰ ਦੇਖੇਗਾ ਵੇ ਕਿੱਥੇ ਬਾੜ ਕਮਜ਼ੋਰ ਹੈ ਜਿੱਥੋਂ ਪਸ਼ੂ ਅੰਦਰ ਵੜੇ ਨੇ ਜਿੱਥੇ ਉਹਨੂੰ ਮਹਾਰਾਜਾ ਕਮਜ਼ੋਰ ਰखेਗਾ ਉੱਥੇ ਇੱਕ ਹੋਰ ਮੋੜੀ ਹੋਰ ਛਾਪਾ ਹੋਰ ਕੰਡਿਆਂ ਵਾਲੀ ਮੋੜੀ ਵੱਢ ਕੇ ਰੱਖਦੇ ਸੱਚਮੁੱਚ ਇਸੇ ਤਰ੍ਹਾਂ ਸਾਨੂੰ ਆਪਣੇ ਸਰੀਰ ਰੂਪੀ ਕਿਲੇ ਦੇ ਅੰਦਰ ਜਿੱਥੋਂ ਚੋਰ ਵੜਦੇ ਹਨ ਉਹ ਰਸਤਾ ਬੰਦ ਕਰਨਾ ਪਵੇ ਪਰ ਸਾਨੂੰ ਉਹ ਰਸਤਾ ਲੰਘਣਾ ਨਹੀਂ ਹੋਣਾ ਇਸ ਲਈ ਅਸੀਂ ਲੁੱਟੇ ਜਾਂਦੇ ਹਾਂ ਸਿਮਰਨ ਵੀ ਕਰਦੇ ਹਾਂ ਸੇਵਾ ਵੀ ਕਰਦੇ ਹਾਂ ਹੋਰ ਵੀ ਕਈ ਕਰਮ ਕਾਂਡ ਕਰਦੇ ਹਾਂ ਪਰ ਫਿਰ ਲੁੱਟੇ ਜਾਂਦੇ ਆਖਰ ਜਦੋਂ ਮੈਂ ਗੁਰੂ ਕੋਲ ਬੇਨਤੀ ਕੀਤੀ ਮਹਾਰਾਜ ਮੇਰੀ ਇਹ ਮੁਸ਼ਕਲ ਹੱਲ ਕਰੋ ਗੁਰ ਦਿਖਲਾਈ ਮੋਰੀ ਗੁਰੂ ਨੇ ਉਹ ਕਮਜ਼ੋਰੀ ਉਹ ਵੀਕਨੈਸ ਉਹ ਰਸਤਾ ਦੱਸਿਆ ਇੱਥੇ ਤੇਰੀ ਕਮਜ਼ੋਰੀ ਹੈ ਜਿੱਤ ਮਿਰਗ ਪੜਤ ਹੈ ਚੋਰੀ ਜਿਸ ਮੌਰੀ ਦੇ ਰਾਹੀਂ ਮਿਰਗ ਇਹ ਬਹੁਵਚਨ ਕਿਉਂਕਿ ਆਮ ਤੌਰ ਤੇ ਜ਼ਿਮੀਂਦਾਰਾਂ ਦੀ ਫਸਲ ਨੂੰ ਮਿਰਗ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਪਰ ਵੜਦੇ ਉਦੋਂ ਹੀ ਨੇ ਜਦੋਂ ਉਹਨਾਂ ਦਾ ਧਾਲ ਲੱਗੇ ਜਦੋਂ ਕੋਈ ਰਖਵਾਲਾ ਨਾ ਹੋਵੇ ਕਹਿੰਦੇ ਨੇ ਇਹ ਜਿਤਨੇ ਕਾਮ ਕ੍ਰੋਧ ਲੋਭ ਮੋਹ ਅੰਕਾਰ ਰੂਪੀ ਮਿਰਗ ਨੇ ਇਹ ਬੰਦੇ ਦੀ ਸ਼ੁਭ ਗੁਣਾਂ ਦੀ ਖੇਤੀ ਉਦੋਂ ਹੀ ਲੁੱਟਦੇ ਨੇ ਜਦੋਂ ਇਹਨਾਂ ਨੂੰ ਰਸਤਾ ਲੱਭ ਜਾਏ ਗੁਰੂ ਤੇਗ ਬਹਾਦਰ ਜੀ ਦੀ ਤੇ ਬੜੀ ਬਾਣੀ ਸੌਖੀ ਹੈ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ ਆਖਿਆ ਬੰਦਾ ਤੀਰਥ ਵੀ ਕਰਦਾ ਦਾਨ ਵੀ ਕਰਦਾ ਵਰਤ ਵੀ ਰੱਖਦਾ ਪਰ ਮਨ ਵਿੱਚ ਹੰਕਾਰ ਵੀ ਕਰਦਾ ਤੇ ਜਦੋਂ ਹੰਕਾਰ ਕਰਦਾ ਉਹ ਕੀਤੇ ਹੋਏ ਸਾਰੇ ਕਰਮ ਬੇਅਰਥ ਚਲੇ ਜਾਂਦੇ ਇਸੇ ਤਰ੍ਹਾਂ ਗੁਰੂ ਨੇ ਕਿਰਪਾ ਕੀਤੀ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤੇ ਹਨ ਚੋਰੀ ਮੂੰਦ ਲੀਏ ਦਰਵਾਜੇ ਮੂੰਦ ਲੀਏ ਦਰਵਾਜੇ ਹੁਣ ਉਹਨਾਂ ਦਰਵਾਜਿਆਂ ਨੂੰ ਉਹਨਾਂ ਰਸਤਿਆਂ ਨੂੰ ਉਹਨਾਂ ਖੱਪਿਆਂ ਨੂੰ ਉਹਨਾਂ ਮੂਰੀਆਂ ਨੂੰ ਉਸ ਵੀਕਨੈਸ ਨੂੰ ਜਦੋਂ ਬੰਦ ਕਰਦੇ ਹੁਣ ਪਸ਼ੂ ਅੰਦਰ ਵੜਨੇ ਬੰਦ ਹੋ ਗਏ ਹੁਣ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਹਮਲਾ ਰੁਕ ਗਿਆ ਮੂੰਦ ਲੀਏ ਦਰਵਾਜੇ ਬਾਜੀ ਵਾਲੇ ਅਨਹਦ ਬਾਤੀ ਹੁਣ ਅੰਦਰ ਅਨਹਦ ਬਾਜੀ ਉਹ ਬਾਜੀ ਜਿਨ੍ਹਾਂ ਦੀ ਕੋਈ ਹੱਦ ਹੀ ਨਹੀਂ ਭਾਵ ਉਹ ਆਨੰਦ ਉਹ ਸਿਮਰਨ ਵਿੱਚ ਰਸ ਆਉਣਾ ਸ਼ੁਰੂ ਹੋ ਗਿਆ ਬਹੁਤੇ ਮਨੁੱਖਾਂ ਦਾ ਦੇਖਿਆ ਕਹਿਣਗੇ ਬਜੀ ਅਸੀਂ ਬਾਠ ਵੀ ਕਰਦੇ ਆਂ ਮਨ ਵੀ ਫਿਰ ਨਹੀਂ ਟਿਕਦਾ ਉਹ ਭਾਈ ਮਨ ਜਾਂਦਾ ਕਿੱਥੇ ਮਨ ਪੜੇ ਪਾਸੇ ਜਾਂਦਾ ਮਨ ਧੀਆਂ ਪੁੱਤਰਾ ਪਰਿਵਾਰ ਵਰ ਜਾਂਦਾ ਰੋਜ਼ ਪੜੀ ਵੀ ਜਾਂਦੇ ਆ ਤੇ ਤੁਸਰ ਵਰੜੇ ਭਈ ਲੈਣ ਮੱਤਾ ਪਾਣੀ ਬਾਬੁਕ ਜਿਨੇ ਕੀਆ ਪੰਕ ਜੋ ਮੋ ਪਗ ਨਹੀਂ ਚੱਲ ਲੈ ਹਮ ਦੇਖਾ ਤਾਂ ਡੂੰਬੀ आले ਮਾਤੇ ਪੁੱਛਦਾ ਪ੍ਰਚਾਰਕ ਕੋਣ ਦੇਣਾ ਤੁਸੀਂ ਵੀਰ ਜੀ ਗੁਰਦੁਆਰੇ ਕਿਉਂ ਨਹੀਂ ਹੁੰਦੇ ਤੁਸੀਂ ਭੈਣ ਜੀ ਗੁਰਦੁਆਰੇ ਕਿਉਂ ਨਹੀਂ ਹੁੰਦੇ ਬੱਸ ਜੀ ਟਾਈਮ ਨਹੀਂ ਹੈਗਾ ਕਿਉਂ ਜੀ ਤੁਹਾਡਾ ਟਾਈਮ ਕਿੱਥੇ ਜਾਂਦਾ ਕੀ ਦਿਨ ਨਹੀਂ ਚੜਦਾ ਨਹੀਂ ਦਿਨ ਤੇ ਚੜਦਾ ਜੀ ਬੱਸ ਪਰਿਵਾਰ ਵਿੱਚ ਬੱਚਿਆਂ ਵਿੱਚ ਇਧਰ ਉਧਰ ਗਲਤਾ ਫਿਰ ਉਹੋ ਹੀ ਹੈ ਜਦੋਂ ਅਸੀਂ ਇਹਨਾਂ ਤੇ ਕਾਬੂ ਨਹੀਂ ਪਾਉਂਦੇ ਆਪਣਾ ਟਾਈਮ ਟੇਬਲ ਨਹੀਂ ਬਣਾਉਂਦੇ ਗੁਰੂ ਤੇ ਦੱਸੇ ਰਾਹ ਤੇ ਨਹੀਂ ਚੱਲਦੇ ਫਿਰ ਤਾਂ ਐਵੇਂ ਹੀ ਚੱਲਦਾ ਰਹੇਗਾ ਕਮਾਈ ਜਾਓ ਲਟਾਈ ਜਾਓ ਕਮਾਈ ਜਾਓ ਲਟਾਈ ਜਾਓ ਭਗਤ ਜੀ ਕਹਿੰਦੇ ਨੇ ਗੁਰ ਜਖਲਾਈ ਮੋਰੀ ਗਿਤ ਮਿਰਗ ਪੜਤਾ ਹੈ ਚੋਰੀ ਮੂੰਦ ਲੀਏ ਦਰਵਾਜੇ ਬਾਜੀਆਂ ਨੇ ਅਨਹਦ ਬਾਜੀ ਕੁੰਭ ਕਮਲ ਜਲ ਭਰਿਆ ਜਿਹੜਾ ਸਾਡਾ ਹਿਰਦਾ ਰੂਪੀ ਕੁੰਭ ਹੈ ਜਿਹੜਾ ਕਮਲ ਫੁੱਲ ਵਰਗਾ ਹੈ ਇਹ ਵਿਸ਼ੇ ਵਿਕਾਰਾਂ ਭੈੜੀਆਂ ਵਿਚਾਰਾਂ ਦੇ ਨਾਲ ਭਰਿਆ ਪਿਆ ਹੁਣ ਜਦੋਂ ਇਹ ਪਹਿਲਾਂ ਹੀ ਭਰਿਆ ਪਿਆ ਇਹਦੇ ਵਿੱਚ ਨਵੀਂ ਚੀਜ਼ ਪਾਉਣੀ ਹੋਵੇ ਤਾਂ ਕੀ ਕਰਨਾ ਪਵੇਗਾ ਜਲ ਮਿਟਿਆ ਉਭਾ ਕਰਿਆ ਜਦੋਂ ਇਸ ਵਿੱਚ ਪਹਿਲਾਂ ਪਿਆ ਹੋਇਆ ਜਲ ਵਿਸ਼ੇ ਵਿਕਾਰਾਂ ਦਾ ਭੈੜੇ ਵਿਚਾਰਾਂ ਦਾ ਮਿਟਿਆ ਭਾਵ ਖਤਮ ਕਰਦਾ ਖਾਲੀ ਕਰ ਦਿੰਦਾ ਉਲਟਾ ਕਰ ਦਿੰਦਾ ਉਭਾ ਕਰਿਆ ਇਹਨਾਂ ਭੈੜੀਆਂ ਵਿਆchnਾਵਾਂ ਤੋਂ ਮਨ ਨੂੰ ਥੋੜਾ ਉੱਚਾ ਕੀਤਾ ਕੁੰਭ ਕਮਲ ਜਲ ਭਰਿਆ ਦੇਖੋ ਇੱਕ ਜਲ ਦੇ ਲੱਲੇ ਨੂੰ ਸਿਹਾਰੀ ਹੈ ਇੱਕ ਜਲ ਦਾ ਲੱਲਾ ਹੈ ਔਂਕੜ ਜਦੋਂ ਤੀਕਰ ਸਾਡਾ ਹਿਰਦਾ ਰੂਪੀ ਕੁੰਭ ਵਿਸ਼ੇਵਕਾਰਾਂ ਰੂਪੀ ਜਲ ਦੇ ਨਾਲ ਭਰਿਆ ਪਿਆ ਇਹਦੇ ਚ ਜਗ੍ਹਾ ਹੀ ਕੋਈ ਨਹੀਂ ਪਰ ਜਦੋਂ ਸਤ ਸੰਗਤ ਵਿੱਚ ਆ ਕੇ ਗੁਰੂ ਦੀ ਸਿੱਖਿਆ ਅਨੁਸਾਰ ਗਲ ਮਿਟਿਆ ਉਭਾ ਕਰਿਆ ਜਦੋਂ ਇਹਦੇ ਅੰਦਰੋਂ ਇਹ ਵਿਸ਼ੇ ਵਿਕਾਰਾਂ ਦਾ ਜਲ ਖਤਮ ਕੀਤਾ ਹੁਣੇ ਉਪਚਾਹ ਹੋ ਗਿਆ ਹੁਣੇ ਪਰਮਾਤਮਾ ਵਾਲੇ ਪਾਸੇ ਤੁਰ ਪਿਆ ਕਹੋ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮੰਨਿਆ ਕਬੀਰ ਜੀ ਕਹਿੰਦੇ ਨੇ ਹੁਣ ਮੈਂ ਦਾਸ ਨੇ ਜਨ ਸੇਵਕ ਨੇ ਜਾਣਿਆ ਸਮਝ ਲਿਆ ਬਸ ਜਦੋਂ ਜਾਣ ਲਿਆ ਹੁਣ ਮੇਰਾ ਮਨ ਮੰਨ ਗਿਆ ਜਦੋਂ ਮਨ ਮੰਨ ਜਾਂਦਾ ਹੈ ਜਦੋਂ ਮਨ ਫੈਸਲਾ ਕਰ ਲੈਂਦਾ ਹੈ ਗੁਰੂ ਅਰਜੁਨ ਦੇਵ ਪਾਤਸ਼ਾਹ ਵੀ ਕਹਿੰਦੇ ਨੇ ਪੰਜ ਮਨਾਏ ਪੰਜ ਰਸਾਏ ਪੰਜ ਵਸਾਏ ਪੰਜ ਗਵਾਏ ਇਨ ਬੇਦਨਗਰ ਬੁਟਾ ਮੇਰੇ ਭਾਈ ਅਬਰ ਪੰਜ ਹਮ ਇਕ ਜਨਮ ਮਾਰੈ ਨੂਟੈ ਨੀਤ ਨੀਤ ਕਿਉਂ ਰੱਖੂ ਘਰ ਭਾਰ ਮਨਾ ਪੰਜਾਂ ਨੂੰ ਮਨਾਉਣਾ ਹੈ ਕਿਨਾਂ ਨੂੰ ਮਨਾਉਣਾ ਸਤ ਸੰਤੋਖ ਦਇਆ ਧਰਮ ਤਿਰ ਤੇ ਪੰਜਾਂ ਨੂੰ ਗਵਾਉਣਾ ਕਾਮ ਕ੍ਰੋਧ ਲੋਭ ਮੋ ਅਹੰਕਾਰ ਨੂੰ ਛੱਡਣਾ ਹੈ ਤੋਂ ਗਨ ਕੀ ਭਗਤ ਬਾਣੀ ਔਖੀ ਜ਼ਰੂਰ ਹੈ ਪਰ ਜੇ ਸਮਝ ਵਿੱਚ ਆ ਜਾਏ ਤੇ ਸਾਡਿਆਂ ਸਾਰਿਆਂ ਲਈ ਬੜਾਈ ਸੌਖਾ ਮਾਰ ਤੋ ਭਗਤ ਕਬੀਰ ਜੀ ਆਪਣੇ ਅੰਦਰ ਆਈ ਤਬਦੀਲੀ ਦਾ ਇੱਕ ਨਕਸ਼ਾ ਖਿੱਚ ਕੇ ਦੱਸਦੇ ਨੇ ਸਾਡੇ ਲਈ ਪੂਰਨੇ ਪਾਉਂਦੇ ਨੇ ਸੰਤੋ ਮਨ ਪਵਨੈ ਸੁਖ ਬਣਿਆ ਕਿਛ ਜੋਗ ਪ੍ਰਾਪਤ ਗਨਿਆ ਰਹਾਉ ਗੁਰ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੂੰਦ ਲਿਏ ਦਰਵਾਜੇ ਬਾਜੀ ਅਨੇ ਅਨਹਦ ਬਾਤੀ ਕੁੰਭ ਕਮਲ ਜਲ ਭਰਿਆ ਜਲ ਮਿਟਿਆ ਉਭਾ ਕਰਿਆ ਕਉ ਕਬੀਰ ਜਨ ਜਾਣਿਆ ਜੋ ਜਾਣਿਆ ਤੋ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ